ਜਿਹੜੇ 96 ਕਰੋੜੀ ਦੇ ਦੋ ਤਿੰਨ ਭਾਗ ਆ, 96 ਕਰੋੜ ਦਾ ਕੀ ਮਹਿਣਾ ਹੁੰਦਾ? ਇੱਕ ਤੇ ਹੈ ਵੀ 96 ਕਰੋੜ ਗੁਰੂ ਕੇ ਪੰਥ ਖਾਲਸੇ ਦੀ ਗਿਣਤੀ ਹੋ ਜਾਏਗੀ। ਤੇ ਪਿਆਰੇ ਭਾਈ ਦਇਆ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ 96 ਕਰੋੜ ਗੁਰੂ ਖਾਲਸੇ ਦੀ ਗੱਲ ਕਰਦੇ ਹੋ, ਸਿੰਘ ਤੇ ਇੱਕ ਨਹੀਂ ਬਣ ਰਿਹਾ, ਜਿਹੜਾ ਬਣਦਾ ਉਹਨੂੰ ਹਕੂਮਤ ਮਾਰ ਦਿੰਦੀ ਹੈ, ਤੇ ਤੁਸੀਂ ਕਹਿੰਦੇ ਹੋ 96 ਕਰੋੜ ਬਣਨਾ। ਤੇ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਸੀ ਆਪਣੇ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ, ਉਹ ਕਹਿੰਦੇ ਵੀ ਜਦੋਂ ਦੀਵਾਲੀ ਦੇ ਉੱਤੇ ਤਖ਼ਤ ਸਾਹਿਬ ਤੋਂ ਸਾਰੀਆਂ ਪੋਥੀਆਂ ਬਾਹਰ ਆਉਂਦੀਆਂ, ਅਤੇ ਉਦੋਂ ਮੈਂ ਪੋਥੀਆਂ ਆ ਰਹੀਆਂ ਸੀ ਖਜ਼ਾਨੇ 'ਚੋਂ, ਅਤੇ ਮੈਂ ਪੜ੍ਹ ਰਿਹਾ ਸਾਂ। ਆਉਂਦਿਆਂ ਆਉਂਦਿਆਂ ਕਹਿੰਦੇ ਇੱਕ ਪੱਤਰਾ ਮੇਰੇ ਹੱਥ 'ਚ ਆਇਆ, ਅਤੇ ਮੈਂ ਉਹਦਾ ਦਰਸ਼ਨ ਕੀਤਾ, ਅਤੇ ਉਹਦੇ 'ਤੇ ਸਾਖੀ ਲਿਖੀ ਸੀ। ਉਹ ਤਖ਼ਤ ਸਾਹਿਬ 'ਤੇ ਕੋਈ ਹੱਥ ਲਿਖਤ ਪੱਤਰਾ, ਕੋਈ ਹੱਥ ਲਿਖਤ ਪੋਥੀ। ਅਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਵਚਨ ਕੀਤਾ ਵੀ ਅਸੀਂ ਹਵਾ ਹੀ ਇਹੋ ਜਿਹੀ ਚਲਾ ਦਾਂਗੇ, ਜਿਹਨੂੰ ਜਾ ਕੇ ਉਹ ਹਵਾ ਲੱਗੇਗੀ ਉਹ ਖਾਲਸਾ ਬਣਦਾ ਜਾਵੇਗਾ, ਅਤੇ ਇੱਦਾਂ 96 ਕਰੋੜ ਗੁਰੂ ਕਾ ਖਾਲਸਾ ਬਣ ਜਾਏਗਾ। ਅਤੇ ਅੱਜ ਕੱਲ੍ਹ ਉਹ ਆਵਾਜ਼ ਚੱਲ ਰਹੀ ਆ, ਦੇਖ ਲਓ ਪਹਿਲਾਂ ਨਿਹੰਗ ਸਿੰਘਾਂ ਨੂੰ ਲੋਕ ਕਿੰਨਾ ਬੁਰਾ ਬੋਲਦੇ ਸੀ, ਅਤੇ ਅੱਜ ਨਿਹੰਗ ਸਿੰਘਾਂ ਦੀ ਕਿੱਦਾਂ ਨਿਹੰਗ ਸਿੰਘਾਂ ਵਾਲੇ ਬਾਣੇ ਨੌਜਵਾਨਾਂ ਨੇ ਪਾਲੇ ਆ। ਇੱਕ ਤਾਂ ਭਾਵ ਇਹ ਹੈ, ਦੂਜਾ ਭਾਵ ਇਹ ਲੈਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 96 ਕਰੋੜ ਮੇਘ ਮਾਲਾ ਦੀ ਗੱਲ ਕੀਤੀ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵਾ 96 ਕਰੋੜੀ ਮੇਘ ਮਾਲਾ ਪਾਣੀ ਹਾਰੀਆ। 96 ਕਰੋੜ ਬੱਦਲ ਨੇ, ਤੇ ਜਿੱਦਾਂ 96 ਕਰੋੜ ਬੱਦਲ ਗੱਜਦੇ ਨੇ ਤੇ ਧਰਤੀ ਦੇ ਪਰਲੋ ਆ ਜਾਂਦੀ ਹੈ। ਜਦੋਂ ਧਰਤੀ ਦੇ ਪਰਲੋ ਆਉਂਦੀ ਹੈ ਨਾ, ਪਰਲੋ ਭਾਵ ਕਿ ਧਰਤੀ ਦੇ ਇੰਨਾ ਮੀਂਹ ਪੈਂਦਾ ਵਾ ਵੀ ਪਾਣੀ ਪਾਣੀ ਹੋ ਜਾਂਦਾ ਧਰਤੀ ਦੇ ਉੱਤੇ, ਉਦੋਂ ਕੀ ਹੁੰਦਾ ਵਾ ਵੀ 96 ਕਰੋੜ ਮੇਘ ਮਾਲਾ ਗੱਜਦੀ ਆ, ਵਰਖਦੀ ਆ, ਤੇ ਧਰਤੀ ਦੇ ਪਾਣੀ ਪਾਣੀ ਹੋ ਜਾਂਦਾ, ਸੂਰਜ ਤਾਰੇ ਸਭ ਕੁਝ ਪਾਣੀ ਵਿੱਚ ਹੀ ਡੁੱਬ ਜਾਂਦਾ, ਤੇ ਉਹਨੂੰ ਕੀ ਕਹਿੰਦੇ ਆ? ਪਰਲੋ, ਪਰਲੋ ਹੋ ਜਾਂਦੀ ਆ। ਤੇ ਜਿੱਦਾਂ 96 ਕਰੋੜ ਮੇਘ ਮਾਲਾ ਪਰਲੋ ਕਰ ਦਿੰਦੇ ਨਾ ਧਰਤੀ ਤੇ, ਇੱਦਾਂ ਹੀ ਗੁਰੂ ਕਾ ਖਾਲਸਾ ਜਦੋਂ ਗੱਜਦਾ ਵਾ ਨਾ 96 ਕਰੋੜ ਮੇਘ ਮਾਲਾ ਵਾਂਗੂ, ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਪਰਲੋ ਕਰ ਦਿੰਦਾ ਹੈ। ਇਹ ਇੱਕ ਅਲੰਕਾਰ ਦਾ ਭਾਵ ਵੀ ਲੈਂਦੇ ਆ। ਤੀਜਾ ਭਾਵ ਇਹ ਵੀ ਲੈਂਦੇ ਆ ਵੀ ਸਰੀਰ ਦੇ ਉੱਤੇ 96 ਕਰੋੜ ਕੇਸ ਵਾ, ਪੈਰਾਂ ਤੋਂ ਲੈ ਕੇ ਕੇਸਾਂ ਤੱਕ 96 ਕਰੋੜ ਰੋਮ ਆ, ਤੇ ਜਿਹੜੇ ਹਰੇਕ ਰੋਮ ਰੋਮ ਦੇ ਨਾਲ ਵਾਹਿਗੁਰੂ 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 ਕਹਿੰਦੇ ਨੇ, ਜਿਹਨੂੰ ਗੁਰਮੁਖ ਰੋਮ ਰੋਮ ਹਰ ਧਿਆਵ ਹੈ, ਉਹ ਮਹਾਂਪੁਰਖ ਦਾ ਨਾਮ ਵੀ 96 ਕਰੋੜ ਵਾ। ਤੇ ਚੌਥਾ ਭਾਵ ਇਹ ਲੈਂਦੇ ਆ ਜਿਹੜਾ ਇਹਨਾਂ ਤਿੰਨਾਂ ਭਾਵਾਂ ਦੇ ਨਾਲੋਂ ਬਹੁਤਾ ਜਿਹੜਾ ਵਧੀਆ, ਅਤੇ ਕਹਿ ਲਓ ਵੀ ਦਲੀਲ ਵਾਲੀ ਗੱਲ ਜਾਪਦੀ ਆ, ਵੀ ਹੈ ਤੇ ਤਿੰਨੇ ਭਾਵ ਹੀ ਆਪੋ ਆਪਣੀ ਥਾਂ 'ਤੇ ਠੀਕ ਹੈ। ਮਹਾਰਾਜ ਦੇ ਬਚਨ ਆ ਵੀ 96 ਕਰੋੜ ਗੁਰੂ ਕਾ ਖਾਲਸਾ ਹੋਵੇਗਾ, ਅਤੇ ਉਹ ਫਿਰ ਖਜ਼ਾਨਾ ਪੁੱਟੇਗਾ ਅਤੇ ਖਜ਼ਾਨਾ ਵਰਤਾਵੇਗਾ, ਅਤੇ ਜਿਹੜਾ ਉਹ ਪੰਥ ਦਾ ਜਹੇਦਾਰ ਹੋਵੇਗਾ ਉਹ 96 ਕਰੋੜ ਹੀ ਹੋਵੇਗਾ। ਅਤੇ ਜੋ ਅੱਜ ਕੱਲ੍ਹ ਵੀ ਪੰਥ ਦਾ ਜਥੇਦਾਰ ਹੁੰਦਾ ਹੈ, ਪੰਥ ਦੇ ਜਥੇਦਾਰ ਨੂੰ 96 ਕਰੋੜ ਹੀ ਕਹਿੰਦੇ ਆ। ਤੋ ਦੱਖਣ ਦੇ ਵਿੱਚ ਜਿਹੜੇ ਭਗਤ ਹੋਏ ਆ ਨਾ, ਦੱਖਣ ਦੇਸ਼ ਦੇ ਵਿੱਚ ਜਿਹੜੇ ਭਗਤ ਹੋਏ ਆ, ਮਹਾਰਾਜ ਸਤਿਗੁਰੂ ਸਾਹਿਬ ਜੀ ਹਜ਼ੂਰ ਸਾਹਿਬ ਵੱਲ ਗਏ ਆ, ਉੱਥੋਂ ਹੀ ਇਹ 96 ਕਰੋੜੀ ਮਹਾਰਾਜ ਸਾਹਿਬ ਜੀ ਨੇ ਲਕਬ ਆਪਣੇ ਖਾਲਸੇ ਨੂੰ ਦਿੱਤਾ ਹੈ। ਹਜ਼ੂਰ ਸਾਹਿਬ ਹੀ ਦਿੱਤਾ ਨਾ 96 ਕਰੋੜ ਦਾ ਲਕਬ ਦਰਜਾ, ਅਤੇ ਮਹਾਰਾਜ ਸਾਹਿਬ ਜੀ ਹਜ਼ੂਰ ਸਾਹਿਬ ਵੱਲ ਗਏ ਆ, ਅਤੇ ਉੱਧਰ ਦੱਖਣ ਦੇ ਵਿੱਚ ਜਿਹੜੇ ਭਗਤ ਹੋਏ ਆ ਨਾ, ਉਹਨਾਂ ਦੇ ਵਿੱਚ ਪਹਿਲਾਂ 96 ਕਰੋੜੀ ਭਗਤ ਹੁੰਦੇ ਸੀ। ਡਾਕਟਰ ਰਾਘਵ ਆਨੰਦ ਉਹਨੇ ਇਹ ਗੱਲ ਲਿਖੀ ਵੀ ਆ, ਡਾਕਟਰ ਤਰਲੋਚਨ ਸਿੰਘ ਦੇ ਨਾਲ ਉਹਦਾ ਵਿਚਾਰ ਵਟਾਂਦਰਾ ਹੋਇਆ, ਅਤੇ ਉਹਨੇ ਉਹਨੂੰ ਦੱਸੀ ਵੀ ਗੱਲ ਇਹ, ਅਤੇ ਉਹ ਮੈਂ ਪਰਚੇ ਦੇ ਉੱਤੇ ਕੱਲ੍ਹ ਪਰਸੋਂ ਹੀ ਪੜ੍ਹੀ ਸੀ, ਅਤੇ ਉਹਦੇ ਉੱਤੇ ਇੱਕ ਉਪਨਿਸ਼ਦ ਰਾਮ ਰਹੱਸਿਆ ਕਰਕੇ ਉਹਦਾ ਨਾਮ ਹੈ,
एक किताब है वेदा की ज्ञान की, उन्हों कहते उपनिषद 108 उपनिषद ने, उदे विच 96 करोड़ वार परमेश्वर दे नाम जपन की विधि लिखी है। तो जिहड़ा 96 करोड़ वार परमेश्वर का नाम जप लैंदा सी उहनूं 96 करोड़ी भगत कहिंदे सी दखण दे विच। ते महाराज ने अपने खालसे नूं 96 करोड़ी का रुतबा दिता उत्थों दखण दे विचों, उत्थे आम भगतां दे विच ही भी इह 96 करोड़ी भगत है। गुरमत दे अनुसार जिहड़ा वाहेगुरु 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 96 करोड़ वार जप लैंदा उहदा नाम 96 करोड़ी, ते जिहड़ा पंथ दा जथेदार हुंदा है उहनूं इह रुतबा मिलदा है। तो पिछले जन्मां दी कमाई, आ जन्म दी कमाई 96, आ जन्म दी कमाई 96 करोड़ वार जिहने वाहेगुरु 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 दा नाम जपिया हुंदा उह फिर पंथ दा जिहड़ा वा उह जथेदार बणदा, ते उहनूं फिर इह 96 करोड़ी दा रुतबा जिहड़ा वा उह मिलदा वा। ये 96 करोड़ी का महीना वा।